1992 ਦੇ ਵਿੱਚ ਪੁਲਿਸ ਵੱਲੋਂ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਜਿਹੜਾ ਹੈ ਤਿੰਨ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਔਰ ਉਸ ਦੇ ਬਾਅਦ ਪੀੜਤ ਪਰਿਵਾਰ ਵੱਲੋਂ ਜਿਹੜਾ ਹੈ CBI ਦੀ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਜਾਂਦਾ ਹੈ ਤਾਂ ਪਿਛਲੇ ਦਿਨੀਂ ਜਿਹੜਾ ਹੈ ਉਸ ਕੇਸ ਦਾ ਜਿਹੜਾ ਉਹ ਫੈਸਲਾ ਆਇਆ ਹੈ ਜਿਸ ਦੇ ਵਿੱਚ ਸਾਬਕਾ DSP ਕ੍ਰਿਸ਼ਨ ਸਿੰਘ ਅਤੇ ਸਾਬਕਾ ਸਬ ਇੰਸਪੈਕਟਰ ਤਰਸੇਮ ਸਿੰਘ ਨੂੰ ਜਿਹੜੀ ਹੈ ਉਹ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਨੂੰ 2-2 ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਅੱਜ ਅਸੀਂ ਉਸ ਪੀੜਤ ਪਰਿਵਾਰ ਦੇ ਘਰ ਪਿੰਡ ਚੂੰਗ ਵਿਖੇ ਜੋ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਉੱਥੇ ਮੌਜੂਦ ਹਾਂ ਅੱਜ ਇੱਕ ਮਾਤਾ ਜਿਹੜੀ ਜਿਸ ਦੀ ਸਾਰੀ ਉਮਰ ਇਸ ਸੰਘਰਸ਼ ਦੇ ਵਿੱਚ ਲੰਘ ਚੁੱਕੀ ਹੈ ਮਾਤਾ ਦਲਬੀਰ ਕੌਰ ਜਿਨ੍ਹਾਂ ਦਾ ਬੇਟਾ ਸਾਹਿਬ ਸਿੰਘ ਜਿਸ ਨੂੰ ਉਸ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀ ਉਸਦਾ ਇਨਸਾਫ ਲੈਣ ਦੇ ਲਈ ਜਿਹੜਾ ਉਸਨੇ ਇੰਨਾ ਲੰਬਾ ਸੰਘਰਸ਼ ਕੀਤਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਉਸ ਪਰਿਵਾਰ ਦੀਆਂ ਜਿਨ੍ਹਾਂ ਦਾ ਬੇਟਾ ਸਾਹਿਬ ਸਿੰਘ ਜਿਹੜਾ ਹੈ ਉਸ ਸਮੇਂ ਸੰਨ 1992 ਦੇ ਵਿੱਚ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾ ਕੇ ਜਿਹੜਾ ਹੈ ਉਸ ਨੂੰ ਮਾਰ ਦਿੱਤਾ ਗਿਆ ਤਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਤੁਹਾਡਾ ਬੇਟਾ ਭਰ ਜਵਾਨੀ ਦੇ ਵਿੱਚ ਉਸ ਸਮੇਂ ਪੁਲਿਸ ਦੇ ਵੱਲੋਂ ਜਿਹੜਾ ਹੈ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਤਾਂ ਫਿਰ ਇਹ ਜਿਹੜਾ ਉਹ ਪੀੜਾ ਉਸ ਸਮੇਂ ਦੀ ਉਹ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਮਾਤਾ ਜੀ ਉਹ ਸੰਘਰਸ਼ ਜਿਹੜਾ ਫਿਰ ਉਹ ਸੰਘਰਸ਼ ਜਿਹੜਾ ਇੰਨਾ ਲਮੇਰਾ ਵਾ ਹੁਣ ਤੁਹਾਨੂੰ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਨੇ ਤੁਸੀਂ ਤਸੱਲੀ ਪ੍ਰਗਟ ਕਰਦੇ ਹੋ ਜੀ ਇਹਦੇ ਤੇ ਹਾਂਜੀ ਕਰਦੇ ਤੁਹਾਡੇ ਪਤੀ ਸਰਦਾਰ ਕਾਨ ਸਿੰਘ ਜੀ ਜਿਹੜੇ ਆ ਉਹਨਾਂ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ ਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਇਹ ਮਾਮਲੇ ਦਾ ਜਿਹੜਾ ਉਹ ਇਹਦੇ ਮਗਰ ਪੈਰਵਾਈ ਕਰਨੀ ਪਈ ਉਹ ਹੀ ਕਰ ਗਿਆ ਸੀ ਮੁਕਦਮਾ ਉਹ ਹੀ ਕਰ ਗਿਆ ਸੀ ਤਾਂ ਮਾਤਾ ਜੀ ਦੇ ਜਿਹੜੇ ਅਥਰੂ ਨੇ ਉਹ ਦੱਸ ਰਹੇ ਨੇ ਕਿ ਦੁੱਖ ਜਿਹੜਾ ਇੱਕ ਨੌਜਵਾਨ ਪੁੱਤ ਦੀ ਮੌਤ ਦਾ ਜਿਹੜਾ ਬੜਾ ਤਗੜਾ ਦੁੱਖ ਹੈ ਔਰ ਉਹ ਬੋਲ ਵੀ ਨਹੀਂ ਸਕਦੇ ਇਸ ਗੱਲ ਨੂੰ ਜਿਹੜਾ ਹੈ ਉਹ ਬਿਆਨ ਵੀ ਕਰਨ ਤੋਂ ਜਿਹੜੇ ਨੇ ਉਹ ਨਹੀਂ ਕਰ ਪਾ ਰਹੇ ਤਾਂ ਉਹਨਾਂ ਦੇ ਬੇਟੇ ਦੂਸਰੇ ਬੇਟੇ ਜਿਹੜੇ ਨੇ ਉਹ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਸਰਤਾਜ ਸਿੰਘ ਚੂੰਗਾ ਜੀ ਇਹ ਤੁਹਾਡੇ ਛੋਟੇ ਬ੍ਰਦਰ ਸੀਗੇ ਸਾਹਿਬ ਸਿੰਘ ਜਾਂ ਵੱਡੇ ਬ੍ਰਦਰ ਸੀਗੇ ਜੀ ਨੇ ਮੇਰੇ ਵੱਡੇ ਬ੍ਰਦਰ ਹੀ ਜੀ ਕੀ ਉਸ ਸਮੇਂ ਕੀ ਹਾਲਾਤ ਬਣੇ ਜਦੋਂ ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਜੀ ਵੇਖੋ ਜੀ ਇੱਕ ਪੰਜਾਬ ਦੇ ਵਿੱਚ 84 ਤੋਂ 92 ਤੱਕ ਇੱਕ ਕਾਲਾ ਦੌਰ ਚੱਲਿਆ ਜਿਸ ਦੌਰਾਨ ਹਰ ਇੱਕ ਪਰਿਵਾਰ ਨੇ ਆਪਣੇ ਬੱਚੇ ਸੇਫ ਕਰਨ ਵਾਸਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਵਿੱਚ ਭੇਜ ਦਿੱਤੇ ਸੋ ਇਸੇ ਤਰ੍ਹਾਂ ਹੀ ਇੱਕ ਸਾਡਾ ਪਰਿਵਾਰ ਆ ਸਾਡੇ ਫਾਦਰ ਸਾਹਿਬ ਨੇ ਸਾਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਸੋ ਇਸੇ ਹੀ ਲੜੀ ਦੇ ਵਿੱਚ ਮੇਰੇ ਬ੍ਰਦਰ ਨੂੰ MP ਦੀ ਪੁਲਿਸ ਨੇ ਅਰੈਸਟ ਕਰ ਲਿਆ ਸੋ ਕਾਲੇ ਦੌਰ ਕਰਕੇ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਜਦੋਂ ਵੀ ਸਿੱਖੀ ਸਰੂਪ ਵਾਲੇ ਬੱਚੇ ਨੂੰ ਜਿੱਥੇ ਵੀ ਵੇਂਦੇ ਸੀ ਉਹਨੂੰ ਅਰੈਸਟ ਕਰ ਲੈਂਦੇ ਸੀ ਇਸੇ ਦੌਰਾਨ ਮੇਰੇ ਬ੍ਰਦਰ ਨੂੰ MP ਦੀ ਪੁਲਿਸ ਨੇ ਅਰੈਸਟ ਕੀਤਾ ਔਰ ਵਾਰੰਟ ਤੇ ਲੈ ਕੇ ਆਏ ਮੁੜ ਕੇ ਅੰਮ੍ਰਿਤਸਰ ਲੈ ਕੇ ਆਏ ਉੱਥੋਂ 3 ਦਿਨ ਦੇ ਰਿਮਾਂਡ ਤੇ ਥਾਣੇ ਮਹਿਤੇ ਨੂੰ ਦਿੱਤਾ ਸੋ ਇਹਨਾਂ ਨੇ ਦੂਸਰੀ ਰਾਤ ਹੀ ਉਹਨੂੰ 11:30 ਵਜੇ ਪਿੰਡ ਪੱਲੇ ਤੋਂ ਤਰਦੇ ਵਾਲੇ ਰਾਹ ਤੇ ਉਹਨਾਂ ਦਾ ਮੁਕਾਬਲਾ ਸ਼ੋਅ ਕਰਤਾ ਤਾਂ ਉਸ ਸਮੇਂ ਜਿਹੜੇ ਤੁਹਾਡੇ ਭਰਾ ਸਾਹਿਬ ਸਿੰਘ ਦੇ ਨਾਲ ਹੋਰ ਵੀ ਨੌਜਵਾਨ ਸਨ ਜੀ ਜਿਨ੍ਹਾਂ ਨੂੰ ਇਸ ਮੁਕਾਬਲੇ ਦੇ ਵਿੱਚ ਮਾਰਿਆ ਉੱਥੋਂ 7 ਬੰਦੇ ਅਰੈਸਟ ਕੀਤੇ ਸੀ ਸੋ ਜਿਨ੍ਹਾਂ ਦੇ ਵਿੱਚੋਂ 5 ਬੰਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਨੂੰ ਇਹ ਲੈ ਕੇ ਆਏ ਉਹਨਾਂ ਦੇ ਵਿੱਚੋਂ 4 ਜਣਿਆਂ ਨੂੰ ਇਹਨਾਂ ਨੇ ਇੱਥੇ ਪੁਲਿਸ ਮੁਕਾਬਲੇ ਦੇ ਵਿੱਚ ਝੂਠੇ ਦੇ ਵਿੱਚ ਮਾਰ ਦਿੱਤਾ ਲੇਕਿਨ 1 ਬੰਦੇ ਦਾ ਅਜੇ ਤੱਕ ਵੀ ਕੁਛ ਪਤਾ ਨਹੀਂ ਲੱਗ ਰਿਹਾ ਕਿ ਉਹ ਕੌਣ ਹੈ ਕੌਣ ਨਹੀਂ ਤਾਂ ਹੁਣ ਜਿਹੜੀਆਂ ਸਜ਼ਾਵਾਂ ਨੇ CBI ਦੀ ਕੋਰਟ ਵੱਲੋਂ ਜਿਹੜੀਆਂ ਨੇ ਉਹ ਦੋਸ਼ੀਆਂ ਨੂੰ ਦੇ ਦਿੱਤੀਆਂ ਗਈਆਂ ਨੇ ਤੁਸੀਂ ਕਿਸ ਤਰ੍ਹਾਂ ਹੁਣ ਸੰਤੁਸ਼ਟੀ ਇਹਦੇ ਤੇ ਪ੍ਰਗਟਾਉਂਦੇ ਹੋ ਜੀ ਵੇਖੋ ਜੀ ਸਮੇਂ ਦੇ ਹਾਲਾਤਾਂ ਨਾਲ ਆਪਾਂ ਨੂੰ ਕੋਈ ਨਾ ਕੋਈ ਸਮਝੌਤਾ ਤੇ ਕਰਨਾ ਹੀ ਪੈਂਦਾ ਸੋ ਅਸੀਂ ਜੱਜ ਸਾਹਿਬਾਨ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਸਾਨੂੰ ਲੰਮੇ ਸਮੇਂ ਤੋਂ ਚੱਲਦੇ ਕੇਸ ਦਾ ਸਾਨੂੰ ਇਨਸਾਫ ਦਵਾਇਆ ਸੋ ਇਹਨੇ ਕਹਿ ਕੇ ਹੀ ਅਸੀਂ ਧੰਨਵਾਦੀ ਹਾਂ ਜੱਜ ਸਾਹਿਬ ਦੇ ਭਾਈ ਸਾਹਿਬ ਇਨਸਾਫ ਤਾਂ 30 ਸਾਲ ਦੇ ਬਾਅਦ ਜਿਹੜਾ ਪਰਿਵਾਰ ਨੂੰ ਮਿਲ ਗਿਆ ਔਰ ਤੁਸੀਂ ਵੀ ਇਸ ਇਨਸਾਫ ਦੇ ਉੱਤੇ ਸੰਤੁਸ਼ਟੀ ਪ੍ਰਗਟ ਕਰਦੇ ਹੋ ਪਰ ਇਹ ਇਨਸਾਫ ਲੈਣ ਦੇ ਲਈ ਜਿਹੜਾ ਹੈ ਉਹ ਕਿਸ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜੀ ਵੇਖੋ ਸਰ ਬਹੁਤ ਮਾੜੇ ਸਮੇਂ ਦੇ ਵਿੱਚੋਂ ਦੀ ਪਰਿਵਾਰ ਨੇ ਆਪਣਾ ਤਿਲ ਫੁੱਲ ਜੋ ਸਭ ਕੇਸ ਤੇ ਹੀ ਲਾਇਆ ਸੋ ਬਾਅਦ ਦੇ ਵਿੱਚ ਆ ਕੇ ਸਾਨੂੰ
ਇੱਕ ਸਤਨਾਮ ਸਿੰਘ ਬੈਂਸ ਨਾਲ ਸਾਡੀ ਗੱਲਬਾਤ ਹੋਈ, ਜਗਜੀਤ ਸਿੰਘ ਬਾਜਵਾ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਇਹ CBI ਕੇਸ ਜਿਹੜਾ ਸਾਰਾ ਹੈਂਡਲ ਕੀਤਾ। ਤਾਂ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਜਾਂ ਤੁਹਾਡਾ ਤੁਸੀਂ ਜ਼ਿਮੀਂਦਾਰ ਪਰਿਵਾਰ ਦੇ ਨਾਲ ਸੰਬੰਧਿਤ ਹੋ, ਜ਼ਮੀਨ ਜਾਇਦਾਦ ਕਿਸ ਤਰ੍ਹਾਂ ਦੀ ਸੀਗੀ ਜਾਂ ਕਾਰੋਬਾਰ ਕਿਸ ਤਰ੍ਹਾਂ ਦੇ ਸੀਗੇ, ਇਹਨਾਂ ਕੰਮਾਂ ਦੇ ਉੱਤੇ ਜਿਹੜੇ ਖਰਚੇ ਨੇ ਉਹ ਵੀ ਕਾਫੀ ਜ਼ਿਆਦਾ ਹੁੰਦੇ ਨੇ, ਉਹ ਕਿਸ ਤਰ੍ਹਾਂ ਹੈਂਡਲ ਕਰ ਪਾਏ ਹੋ? ਵੇਖੋ ਜੀ, ਬਾਅਦ ਦੇ ਵਿੱਚ ਤੇ ਸਾਡੇ ਫਾਦਰ ਸਾਹਿਬ ਹੀ ਇੱਥੇ ਸੀ, ਸੋ 2 ਕਿੱਲੇ ਜ਼ਮੀਨ ਸੀ ਸਾਡੇ ਫਾਦਰ ਸਾਹਿਬ ਦੇ ਕੋਲ। ਅਸੀਂ ਜਾ ਕੇ ਟਰੱਕਾਂ ਤੇ ਕੰਮ ਕਰਨਾ ਚਾਲੂ ਕੀਤਾ, ਔਰ ਜੋ ਕਮਾਈ ਵਾਲਾ ਸਾਧਨ ਸੀ ਉਹ ਮੇਰੇ ਨਾਲੋਂ ਵੱਡਾ ਸੀ, ਉਸਨੇ ਹੀ ਲੈ ਕੇ ਚੱਲਣਾ ਸੀ ਤੇ ਉਹੀ ਇਹਨਾਂ ਨੇ ਪ੍ਰਸ਼ਾਸਨ ਨੇ ਖਤਮ ਕਰ ਦਿੱਤਾ। ਸੋ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪਰਿਵਾਰ ਗੁਜ਼ਰਿਆ। ਤਾਂ ਬੜੇ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਹੈ ਪਰਿਵਾਰ ਵੱਲੋਂ ਇਹ ਇਨਸਾਫ ਲੈਣ ਦੇ ਲਈ ਜਿਹੜੀ ਲੜਾਈ ਲੜੀ ਗਈ ਹੈ, ਸਾਡੇ ਨਾਲ ਜਿਹੜੇ ਜਿਨ੍ਹਾਂ ਨੂੰ ਉਸ ਸਮੇਂ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ, ਸਾਹਿਬ ਸਿੰਘ ਨੂੰ ਉਹਨਾਂ ਦੇ ਚਾਚਾ ਜੀ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਉਹ ਉਸ ਸਮੇਂ ਜਿਹੜਾ ਹੈ ਇਸ ਹਾਲਾਤਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹਨਾਂ ਨੇ ਆਪਣੇ ਅੱਖੀਂ ਵੇਖਿਆ ਜੀ। ਕੀ ਨਾਮ ਜੀ ਤੁਹਾਡਾ? ਸ਼ੀਤਲ ਸਿੰਘ। ਤਾਂ ਸ਼ੀਤਲ ਸਿੰਘ ਜੀ, ਤੁਹਾਡੇ ਭਤੀਜੇ ਸੀਗੇ ਜੀ ਸਾਹਿਬ ਸਿੰਘ, ਜਿਹਨਾਂ ਨੂੰ ਉਸ ਸਮੇਂ ਮੁਕਾਬਲੇ ਦੇ ਵਿੱਚ ਪੁਲਿਸ ਵੱਲੋਂ ਮਾਰ ਦਿੱਤਾ ਗਿਆ, ਉਹ ਦੌਰ ਕਿਸ ਤਰ੍ਹਾਂ ਦਾ ਸੀਗਾ? ਸਾਹਿਬ ਸਿੰਘ ਦਾ ਕੋਈ ਕਸੂਰ ਸੀ ਜਾਂ ਬੇਕਸੂਰ ਸੀ? ਨਹੀਂ, ਸਾਹਿਬ ਸਿੰਘ ਦਾ ਕੋਈ ਕਸੂਰ ਨਹੀਂ, ਸਾਹਿਬ ਸਿੰਘ ਤੇ ਅਸੀਂ ਪੜ੍ਹਾਇਆ ਸੀਗਾ ਚੰਗੇ ਕੰਮ ਵਾਸਤੇ, ਇਹਨਾਂ ਸਰਕਾਰਾਂ ਨੇ ਮੁੜ ਕੇ ਪੁਲਿਸ ਨੇ ਸਾਰਾ ਚੁੱਕਿਆ ਉਹਨੂੰ, ਚੁੱਕੇ ਤੇ ਇਹਨਾਂ ਨੇ ਸਾਨੂੰ ਕੋਈ ਪਤਾ ਨਹੀਂ ਲੱਗਣਾ ਕਿ ਕਿੱਥੇ ਲੈ ਗਏ ਕੀ ਕੀਤਾ, ਇਹਨਾਂ ਨੇ ਬਾਰਾ ਮੁਕਾਬਲਾ ਬਣਾ ਦਿੱਤਾ, ਲਿਆ ਕੇ ਨਾ ਉਹ ਦੋਸ਼ੀ ਕੋਈ ਉਹਦਾ ਇਹੋ ਜਿਹਾ ਲੈਣ ਦੇਣ ਨਹੀਂ ਸੀਗਾ ਸਾਡਾ। ਅਸੀਂ ਤੇ ਇੱਕ ਜੱਟ ਪਰਿਵਾਰ ਹਾਂ, ਗਰੀਬ ਜਿਹਾ ਪਰਿਵਾਰ ਹਾਂ, ਪਿੱਛੋਂ ਸਾਡੀ ਜ਼ਮੀਨ ਹੀ ਜਿਹੜੀ ਥੋੜ੍ਹੀ ਬਹੁਤੀ ਉਹ ਵੀ ਗਈ, ਇਹ ਕੇਸ ਹੀ ਲੜ ਲੜ ਕੇ ਹੰਭ ਗਏ, ਹੁਣ ਸਾਨੂੰ ਬਹੁਤ ਚਿਰ ਹੀ ਥੋੜ੍ਹਾ ਬਹੁਤਾ ਇਨਸਾਫ ਮਿਲਿਆ। ਗਾੜੀ ਸਰਕਾਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਾਨੂੰ ਕੋਈ ਇਹਦਾ ਹੋਰ ਵੀ। ਤਾਂ ਹੁਣ ਇਨਸਾਫ ਤਾਂ ਦੇਖੋ ਇਸ ਕੇਸ ਦਾ ਮਿਲ ਚੁੱਕਾ ਹੈ, ਪਰ ਪਰਿਵਾਰ ਦੀ ਵਿੱਤੀ ਤੌਰ ਤੇ ਵੇਖਿਆ ਜਾਵੇ ਤਾਂ ਹਾਲਾਤ ਆਰਥਿਕ ਤੌਰ ਤੇ ਬਹੁਤ ਵਧੀਆ ਨਹੀਂ ਹਨ। ਇਸ ਚੀਜ਼ ਨੂੰ ਲੈ ਕੇ ਵੀ ਤੁਸੀਂ ਕੋਈ ਡਿਮਾਂਡ ਕਰਦੇ ਹੋ ਕਿ ਪਰਿਵਾਰ ਦੀ ਕਿਸੇ ਤਰੀਕੇ ਦੇ ਨਾਲ ਸਰਕਾਰਾਂ ਵੱਲੋਂ ਮਦਦ ਕਰਨੀ ਚਾਹੀਦੀ ਹੈ? ਅਸੀਂ ਤੇ ਬੇਨਤੀ ਕਰਦੇ ਹਾਂ ਸਰਕਾਰ ਗਾੜੀ ਵੀ ਕੋਈ ਸਾਨੂੰ ਗਾਂ ਅਤੇ ਬੱਚਿਆਂ ਨੂੰ ਕੋਈ ਸਾਨੂੰ ਕੋਈ ਸਹੂਲਤ ਮਿਲੇ। ਅਸੀਂ ਤੇ ਬਹੁਤ ਪਿੱਛੋਂ ਗਰੀਬੀ ਦੇ ਵਿੱਚ ਲੰਘ ਆਏ, ਜੋ ਉਹ ਮੁੰਡਾ ਇਹਨਾਂ ਚੱਕ ਲਿਆ ਤੇ ਬਹੁਤ ਦੁਖੀ ਹੋਏ, ਸਾਰਾ ਪਰਿਵਾਰ ਦੁਖੀ ਰਿਹਾ। ਉਦੋਂ ਬਾਅਦ ਉਹਦਾ ਸਾਨੂੰ ਕੁਛ ਨਹੀਂ, ਇਹਨਾਂ ਨੇ ਸਰਕਾਰ ਨੇ ਕੋਈ ਦਿੱਤਾ ਨਹੀਂ ਅਜੇ ਕੁਛ, ਬਹੁਤ ਔਖੇ। ਤਾਂ ਇਹ ਸਨ ਮ੍ਰਿਤਕ ਸਾਹਿਬ ਸਿੰਘ, ਜਿਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸ ਸਮੇਂ ਪੁਲਿਸ ਦੇ ਵੱਲੋਂ ਜਿਹੜਾ ਹੈ ਮਾਰ ਦਿੱਤਾ ਗਿਆ। ਉਸਦੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਨਾਲ ਗੱਲ ਕੀਤੀ ਹੈ, ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਗੱਲ ਕੀਤੀ ਹੈ, ਔਰ ਪਰਿਵਾਰ ਨੇ ਦੱਸਿਆ ਹੈ ਕਿ ਉਹ ਕਿੰਨਾ ਕਿੰਨਾ ਦੁੱਖਾਂ ਕਠਿਨਾਈਆਂ ਦੇ ਵਿੱਚ ਦੀ ਲੰਘ ਕੇ ਇਹ ਸੰਘਰਸ਼ ਲੜਦੇ ਰਹੇ ਨੇ ਇਹ ਇਨਸਾਫ ਲੈਣ ਦੇ ਲਈ, ਜਿਸ ਦਾ 30 ਸਾਲ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ ਹੈ।